ਕਿਰਪਾਲ ਕਜ਼ਾਕ ਦੀ ਕਹਾਣੀ ਫਰਿਸ਼ਤੇ ਜਿਵੇਂ ਕਿਰਪੀ ਗੁਰਦੁਆਰੇ ਦਾ ਮੋੜ ਮੁੜੀ ਉਹਦੀ ਜਾਨ ਮੁਠੀ ਚ ਆ ਗਈ ਪੱਲੇ ਦਾ ਉਹਲਾ ਕਰੀ ਬੈਂਕ ਦੀ ਵੈਨ ਮੋਰੋਂ ਸ਼ੂਟ ਵੱਟ ਕੇ ਲੰਗੀ ਪਰਦਕੇ ਦੇਖੀ ਪੂਰੀ ਗਲੀ ਗਲੀ ਸੁੰਨੀ ਸੀ ਸਕੂਲ ਵੱਲੋਂ ਨਿਮਾਂ ਜਿਹਾ ਸ਼ੋਰ ਸੁਣਿਆ ਪੱਕਾ ਕੁਰਕੀ ਵਾਲੇ ਆਏ ਖੜੇ ਸਨ ਪਰ ਸੋਈ ਗ੍ਰੰਥੀ ਬੋਲਿਆ ਸੀ ਸਾਧ ਸੰਗਤ ਜੀ ਅਫਸਰ ਆਏ ਆ ਨਗਰ ਚ ਆਂਦੇ ਲੱਖਾ ਸਿਓ ਵਾਲੀ ਕਾਰਵਾਈ ਹੋ ਗਈ ਸੀ ਪੂਰੀ ਜੂਨੀਅਨ ਦੇ ਕਹੇ ਕਹੇ ਦਿੱਤਾ ਸੀ ਮਹੀਨਾ ਰਹਿ ਗਏ ਭਾਈ 5 ਦਿਨ ਕਹਿੰਦੇ ਰਕਮ ਤਾਰੋ ਜਾਂ ਘੋੜੇ ਭਜਾ ਲਓ ਆਪਦੇ ਉਤੋਂ ਬਾਅਦ ਪੂਰਾ ਸਿਓਂਦਾ ਨਾਂ ਬੋਲਦਾ ਭਾਈ ਦਾਸ ਨੂੰ ਹੁਕਮ ਹੋਇਆ ਤਾਂ ਕੀਤੀ ਅਰਜ਼ੀ ਭਾਈ ਤੁਰੀ ਆਉਂਦੀ ਕਿਰਪੀ ਦੀਆਂ ਲੱਤਾਂ ਕੰਬੀਆਂ ਸੀ ਮਹੀਨਾ ਲੰਘ ਵੀ ਗਿਆ ਘਰ ਆਈ ਪੂਰਾ ਲੱਭਣ ਲੱਗੀ ਪਾਛੋ ਦੇ ਬਾਪੂ ਕਿੱਥੇ ਆ ਤੂੰ ਅੰਦਰ ਬਾਹਰ ਕਿਤੇ ਨਾ ਦੇਖ ਅੱਪੇ ਤੇ ਕਲਪੀ ਹੁਣ ਇੱਥੇ ਸੀ ਪਤਾ ਨਹੀਂ ਕਿੱਥੇ ਛਪਣ ਹੋ ਗਿਆ ਹਾਏ ਰੱਬਾ ਸੁਣ ਵੀ ਲੋ ਕਿਸੇ ਕੰਜਰ ਦੀ ਪੂਰਾ ਬਾੜੇ ਵੱਲ ਸੀ ਖਿਜ ਕੇ ਬਾਹਰ ਆਇਆ ਕੀ ਹੋਇਆ ਕਿਉਂ ਬੂਕਦੀ ਐ ਕਿਰਪੀ ਕਾਲੀ ਨਾਲ ਤੱਕਦੀ ਬੋਲੀ ਖਿੱਟ ਕਰ ਪਿਛਲੀ ਕੰਧ ਟੱਪ ਜਾ ਹੁਣੇ ਕਿਉਂ ਪਾਗਲ ਐ ਤੂੰ ਆਹੋ ਤੂੰ ਕਿਰਾਂ ਜਾ ਬਸ ਚੱਲ ਮੰਨ ਤਾਂ ਗਈ ਪਾਗਲ ਐ ਮੇਰੀ ਜਾਨ ਨੂੰ ਬਣੀ ਐ ਤੈਨੂੰ ਟੀਚਰਾਂ ਸੁੱਝਦੀਆਂ ਪਰ ਹੋਇਆ ਕੀ ਅਬ ਬੰਕ ਵਾਲੇ ਫਿਰਦੇ ਆ ਕੰਜਰ ਤਾਂ ਕਿ ਹੈ ਟਲ ਜਾ ਕੁੱਤਾ ਬਿੱਲਾ ਲੁਕਦਾ ਫਿਰਾਂ ਜੱਟ ਦਾ ਪੋਤਾ ਸ਼ਰਮ ਆਉਂਦੀ ਆ ਮੈਨੂੰ ਕਿਰਪੀ ਦਾ ਗੱਜ ਪਾਰ ਆਇਆ ਖੁਰਲੀ ਦਾ ਸਹਾਰਾ ਲਈ ਅੱਖਾਂ ਪਾਰ ਆਈ ਕਾਦੇ ਜੱਟ ਰਹਿ ਗਏ ਆਪਾਂ ਦੁੱਧ ਤਾਂ ਸੀਰੀਆਂ ਕਿਉਂ ਲੈ ਕੇ ਪੀਨੇ ਆ ਆ ਹੁਣੇ ਸੈਣੀਆਂ ਕੇ ਗਈ ਬੁੜੀ ਆਚਾਰ ਦੇ ਕੇ ਕਹਿੰਦੀ ਕਿਰਪੀਏ ਰੱਬ ਬੁਰੇ ਦਿਨ ਨਾ ਦਿਖਾਏ ਇੱਕ ਮਰਿਆ ਨਹੀਂ ਗਿਆ ਬਸ ਮੁਖਤਨੀ ਲੰਦਾ ਪੈਸਾ ਦਿਨਾ ਮੈਂ ਇਕੱਲਾ ਵੀ ਹੋ ਰਾ ਮੇਰੇ ਵਰਗੇ ਕਿਤੇ ਨਹੀਂ ਜਾਣਾ ਮੈਂ ਪੂਰਾ ਨਹੀਂ ਵੀ ਪਾਈ ਕੰਮੇ ਜਾ ਲੱਗਾ ਪੂਰੇ ਤੇ ਦਿਨੋਂ ਨਹੀਂ ਸੀ ਸਮਾਂ ਹੀ ਹੱਥੋਂ ਤਿਲਕ ਗਿਆ ਪਹਿਲਾਂ ਵੱਡੀ ਨਿੰਦੀ ਵੇਲੇ ਤੱਕੜਿਆਂ ਨਾਲ ਮੱਥਾ ਜਾ ਲੱਗਾ ਤਾਂ ਕਰਜ਼ੇ ਦੀ ਵੇਜ ਜਾ ਪਈ ਛੋਟਾ ਭਰਾ ਪੜਾਇਆ ਵੱਡੀ ਦਿੱਤੀ ਨੌਕਰੀ ਲੁਵਾਈ ਬਾਹ ਫੜਨ ਦਾ ਵੇਲਾ ਆਇਆ ਵਿਆਹ ਕਰਵਾ ਕੇ ਸ਼ਹਿਰ ਟੱਪ ਗਿਆ ਫੇਰ ਇੱਕੋ ਇੱਕ ਪੁੱਤ ਸ਼ੇਰੂ ਨੂੰ ਪੜਾਇਆ ਉਹਦੀ ਬੀਏ ਅੜ ਗਈ ਸੁੱਚੇ ਕਿਹਾ ਹਰ ਲੱਲੀ ਚੱਲੀ ਬਾਹਰ ਤੁਰਿਆ ਫਿਰਦਾ ਤੁਹਾਨੂੰ ਕੀ ਡਾਲਰ ਵੱਢਦੇ ਐ ਪਹਿਲਾਂ ਤਾਂ ਟੱਬਰ ਦਾ ਖਿਆਨਾ ਪਿਆ ਆਖਰ ਕਿਲਾ ਬੈਕ ਕੀਤਾ ਏਜੰਟ ਦਾ ਢਿੱਡ ਭਰਿਆ ਤੇ ਅੰਦਰ ਤੋੜ ਜਹਾਜੇ ਚਾੜੀ ਹੁਣ 46 ਸਾਲਾਂ ਤੋਂ ਥੋ ਪਤਾ ਹੀ ਨਹੀਂ ਸੀ ਹੈਵੀ ਸੀ ਜਮਰ ਖੱਪ ਗਿਆ ਪਾਸ ਸ਼ੇਰੂ ਤੋਂ 5 ਸਾਲ ਵੱਡੀ ਸੀ ਨਿੰਦੀ ਪਾਸ ਤੋਂ ਵੀ ਵੱਡੀ ਨਿੰਦੀ ਭਾਵੇਂ ਆਪਦੇ ਘਰ ਕੋਗ ਵਸਦੀ ਸੀ ਪਰ ਜੁਆਕਾਂ ਦੀਆਂ ਛਟੀਆਂ ਤੇ ਤਕੜੇ ਘਰ ਦੀ ਵਰਤੋਂ ਵਿਹਾਰ ਨੇ ਪੂਰੇ ਦਾ ਲੱਕ ਤੋੜ ਕੇ ਰੱਖਤਾ ਸੀ ਉਤੋਂ ਪਾਸ ਨੇ ਉੱਚੀ ਪੜ੍ਹਾਈ ਦੀ ਜੱਟ ਏ ਚਲਾਈ ਹੁਣ ਵਿਆਹ ਬਾਰੇ ਹਵਾ ਚੁੱਟਦੀ ਸੀ ਪੂਰੇ ਤਾਂ ਸ਼ੇਰੂ ਨੂੰ ਪਰਦੇਸ ਭੇਜਣ ਦਾ ਆਕੇ ਪਾਸ ਨੂੰ ਵੇਲੇ ਸਿਰ ਬਿੱਲੇ ਲਾਉਣ ਦੇ ਫਿਕਰ ਵੱਜੋਂ ਚੱਪਿਆ ਸੀ ਪੁੱਤ ਗਿਆ ਜ਼ਮੀਨ ਗਈ ਭਰਾ ਗਿਆ ਕੋਠੇ ਜਿੱਡੀ ਧੀ ਹੱਕ ਤੇ ਸੀ ਜਿੱਥੋਂ ਤੁਰਿਆ ਉਦੋਂ ਵੀ ਪਿੱਛੇ ਜਾ ਪਿਆ ਬੈਂਕ ਨੂੰ ਸ਼ੀਸ਼ਾ ਸੀ ਟਰੈਕਟਰ ਵਿਕ ਚੁੱਕਾ ਸੀ ਚਿੱਟੀ ਸੁੰਡੀ ਨਰਮਾਈ ਨਹੀਂ ਸੀ ਛਟਿਆ ਜੱਟ ਵੀ ਛੱਟ ਚੁੱਕੀ ਸੀ ਪੂਰੇ ਪਾਸੋਂ ਕਿਸ਼ਤ ਇੱਕ ਵੀ ਨਹੀਂ ਸੀ ਵਿਆਜ ਅਸਰ ਪੂਰੇ ਦੀ ਤਬਾਹੀ ਲਈ ਇਹੋ ਕੁਝ ਕਾਫੀ ਸੀ ਪਾਸਦਾਨਾ ਨਾ ਉਹਦੀ ਹੋਰ ਸੰਗੀ ਘੁੱਟ ਰੱਖਦਾ ਹੁਣ ਤਾਂ ਸ਼ਰੀਕ ਵੀ ਸਿੱਖਣ ਲੱਗੇ ਸਨ ਕੁੜੀ ਨੂੰ ਤਾਂਹਾਂ ਚੜਾਈ ਜਾਣਾ ਪੂਰਾ ਸਿਆਂ ਕੋਈ ਜੱਟਾਂ ਦਾ ਮੁੰਡਾ ਹੈ ਨਿਗਾ ਚ ਕਿ ਤੂੰ ਵੀ ਜਾਤ ਪਾਤ ਨਹੀਂ ਮੰਨਦਾ ਪੂਰੇ ਲਈ ਮਰਨ ਹੋ ਜਾਂਦਾ ਜੇ ਸੱਚੀ ਉਹ ਜੱਟਾਂ ਦਾ ਮੁੰਡਾ ਨਾ ਲੱਭਿਆ ਅਗੋਂ ਪੂਰੇ ਦੀ ਸੋਚ ਕੰਬ ਜਾਂਦੀ ਕੋਈ ਰਾਹ ਨਾ ਲੱਭਦਾ ਤਾਂ ਕਲੇਸ਼ ਕਰਦਾ ਗਾਜ ਕਿਰਪੀ ਤੇ ਡਿੱਗਦੀ ਉਹ ਛੱਤ ਨਹੀਂ ਜਾ ਚੜ੍ਹਦੀ ਮੈਂ ਕਿਹਾ ਸੀ ਕਰ ਜੇ ਚੱਕ ਮੈਂ ਕਿਹਾ ਜੰਟਾ ਦੇ ਢਿੱਡ ਪਰ ਨੱਕ ਵਢਾ ਲੈਂਦਾ ਸੜੇ ਕੱਲ ਦੇ ਕਮੀ ਕਮੇਣ ਕੰਬਾਈਨਾ ਤੇ ਚੜੇ ਫਿਰਨ ਮੈਂ ਢੋਰ ਹੱਕੀ ਜਾਵਾ ਉਹ ਤੇਰੇ ਭਰਾਵਾਂ ਅਰਗਾ ਨੰਗ ਨਹੀਂ ਮੈਂ ਵੱਡੀ ਦੇ ਵਿਆਹ ਵੇਲੇ ਤੁੱਕੀ ਕੱਢਦੀ ਜੱਟਾਂ ਦੀ 20 ਬੱਕਰੇ 100 ਕੁੱਕੜ ਡਰਮ ਲਾਣ ਦਾ ਵੀ ਪੇਟੀਆਂ ਅੰਗਰੇਜ਼ੀ ਮਹੀਨਾ ਮਾਸ ਖਾਦੇ ਰਹੇ ਸਾਲੇ ਮੁੱਦਾ ਕਰਤਾ ਪਿੰਡ ਆਪਾਂ ਸਿੱਧੇ ਰਹਿ ਗਏ ਕਿਰਪੀ ਅੱਖਾਂ ਪਰ ਆਉਂਦੀ ਓਏ ਨਹੀਂ ਸੀ ਮਰਦਾ ਜੱਟ ਭੈਣ ਦੇਣੇ ਦਾ ਰੱਬ ਦੇ ਗਿਆ ਧੋਖਾ ਨਹੀਂ ਕਦੇ ਸੁਣਿਆ ਸੀ ਚਿੱਟੀ ਸੁੰਡੀ ਚੱਬ ਜੇ ਬੰਦੇ ਰਹਿੰਦਾ ਤੈਂ ਦੇ ਤਾਤੂ ਆ ਮੈਂ ਹਾਂ ਤੂੰ ਕੁੜਿਆ ਬਣੂ ਕੁੜਿਓ ਬਣੂ ਕੀ ਬਣੀ ਬੈਠੀ ਆ ਘਰੇ ਕੋਈ ਚੱਜ ਦਾ ਮਿਲੂ ਤਾਂ ਹੀ ਕਰੂ ਮੂਰਖ ਤਾਂ ਨਹੀਂ ਤੁਸੀਂ ਕਿਉਂ ਮੂਰਖੋਂ ਭਾਈ ਮੂਰਖ ਤਾਂ ਮੈਂ ਆ ਜਿਨੇ ਆਪਦੀਆਂ ਬੁੱਧੀਆਂ ਬੰਨ ਲਈਆਂ ਕਿਰਪੀ ਮਤ ਉੱਠਦੀ ਕਲੇਸ਼ ਪਿੰਡ ਸੁਣਦਾ ਪਾਸ਼ੂ ਲਈ ਕਿਹੜਾ ਖੂਪ ਪਟਿਆ ਤੈਂ ਲੋਕਾਂ ਦੇ ਜਵਾਕਾਂ ਨਾਲ ਮਾਰਿਆ ਮੱਥਾ ਉਸ ਆਪਦੇ ਕੱਖਾਂ ਨਾਲ ਆਪ ਸੜੀ ਕਰਜ ਵੱਡੀ ਵੇਲੇ ਲਿਆ ਤੈਂ ਮੁੜੀ دیਵਾਨੀ ਉੱਤੋਂ ਟਰੈਕਟਰ ਦਾ ਹੂਲਾ ਮੁੰਡੇ ਹੱਥ ਜੋੜੇ ਪਰ ਤੈਂ ਤਾਂ ਅਮਰੀਕਾ ਤੁਰੇ ਹੱਗਿਆ ਹੀ ਨਾ ਪੂਰਾ ਬਰਾਬਰ ਕਲਪਦਾ ਅ ਚੀਜ਼ਾਂ ਚੱਕ ਚੱਕ ਮਾਰਨ ਲੱਗਦਾ ਪਾਗਲਾ ਵਾਂਗ ਕੀ ਕਰਦਾ ਮੈਂ ਤੂੰ ਵੀ ਚੱਕੀ ਫਿਰਦਾ ਸੀ ਮਰਾਸੀ ਆਵਾਂ ਮੈਨੂੰ ਕੋਈ ਠੰਡਾ ਕੱਢਦਾ ਤੇਰਾ ਕੀ ਹੋ ਗਿਆ ਰੋ ਰੋ ਤਾਂ ਨਹੀਂ ਹੋ ਗਈ ਮੈਂ ਕਿਰਪੀ ਸੱਚੀ ਰੋਣ ਲੱਗਦੀ ਪੂਰਾ ਪੀੜ ਨਾਲ ਭਰ ਜਾਂਦਾ ਆਹੀ ਫਰਕ ਐ ਸਾਲਾ ਮਾਂ ਦੀਂਦੀ ਦੀਦੀ ਐ ਪਿਓ ਦੀਂਦਾ ਨਹੀਂ ਰੋਂਦਾ ਪੂਰਾ ਜਮੰਦ ਰੁੱਥਿੰਦਾ ਘੜਾ ਨਹੀਂ ਸੀ ਤੰਗੀਆਂ ਨੇ ਤੁਰਸ਼ ਕਰਤਾ ਸਾਰੇ ਉਹਨੂੰ ਹਿੰਡ ਦਾ ਪੱਕਾ ਮੰਨਦੇ ਪਰ ਪਿਛਲੀ ਛਮਾਈ ਇੱਕ ਜਾਨੂ ਦੇ ਕਹੇ ਕਲੇਰਾਂ ਵਾਲੇ ਬਾਬਿਆਂ ਦੇ ਚਲਾ ਗਿਆ ਭੂਰੇ ਨਾਲ ਜਾਨੂ ਵੀ ਹੱਥ ਜੋੜੇ ਬਾਬਾ ਜੀ ਕਰੋ ਮਿਹਰ ਦੁਖੀ ਹੋਏ ਨੇ ਮਚੱਟੀ ਵਾਲੇ ਡੱਬੇ ਚ ਘਰ ਦੀ ਕੱਢੀ ਹੰਗਾਲ ਕੇ ਪੀ ਲਈ ਸੋਚਿਆ ਮਰ ਕੇ ਖੜਾ ਛੱਟੂ ਪਰ ਡਾਕਟਰਾਂ ਬਚਾ ਲਿਆ ਹੁਣ ਨਮੋਸ਼ੀ ਨਾਲ ਮਰੀ ਜਾਂਦਾ ਕਰਜਾ ਸੇਰ ਪੁੱਤ ਦੀ ਉਗ ਸੁਗਣੀ ਧੀ ਗਲ ਚੜ ਗਈ ਉਹਦੇ ਨੱਕ ਹੀਟ ਨਹੀਂ ਆਉਂਦਾ ਕੋਈ ਕਈ ਰਿਸ਼ਤੇ ਛਿਣਕ ਤੇ ਬਾਬਾ ਜੀ ਮਾਰੋ ਕੋਈ ਰੇਕਸਟ ਮੇਕ ਬਾਬਾ ਜੀ ਪਹੁੰਚੇ ਹੋਏ ਸਨ ਥਾ ਪਾਈ ਤੇ ਕਿਹਾ ਭਗਤਾ ਰੋੜੇ ਪੱਥਰ ਹੋਣ ਬਾਹਰ ਰਾਹ ਚ ਬੰਦਾ ਜੁੱਤੀ ਪਾ ਲੂ ਜੇ ਨਿੱਕਾ ਜਿਹਾ ਰੋੜ ਜੁੱਤੀ ਦੇ ਅੰਦਰ ਹੋਵੇ ਡਿੰਗ ਨਹੀਂ ਪੁੱਟ ਸਕਦਾ ਤੇਰਾ ਰੋੜਾ ਅੰਦਰ ਇਹਦਾ ਇਲਾਜ ਮਾਂਤੀ ਕੋਲੇ ਹੈ ਉਸ ਦਿਨ ਤੋਂ ਬਾਅਦ ਕਰਜ਼ਾ ਪੁੱਤ ਭਰਾ ਫਸਲ ਸੁੰਢੀ ਸਭ ਦਾ ਕਾਰਨ ਪਾਛ ਤੇ ਕਿਰਪੀ ਬਣ ਗਈ ਹਰ ਗੱਲ ਦਾ ਤੋੜਾ ਦੋਹਾਂ ਤੇ ਛੜਦਾ ਰੋਟੀ ਖਾਣ ਬੈਠਾ ਅਚਾਨਕ ਅਧੂ ਝੂਟ ਖੜਦਾ ਨਹੀਂ ਲੰਘਦੀ ਸਾਲੀ ਇਹਦੇ ਹਾਂਣ ਦੀਆਂ ਦੋ ਦੋ ਚੱਕੀ ਫਿਰਦੀਆਂ ਵਿਉ ਲੱਗਦੀ ਐ ਰੋਟੀ ਤੇ ਹੀ ਉਪਾਸ਼ ਤੇ ਵਰਦਾ ਕਿਰਪੀ ਰੋਣ ਲੱਗਦੀ ਵਿਉ ਤਾਂ ਲੱਗੂ ਹੀ ਕਰਜੇ ਤੋਂ ਰੋਕਿਆ ਟਰੈਕਟਰ ਤੋਂ ਰੋਕਿਆ ਸ਼ੇਰੂ ਵੇਲੇ ਲੜੀ ਤੇਰੇ ਦਿਹਾੜੀਆਂ ਦੇ ਤੋਂ ਕੰਮ ਕਰਾਉਣ ਨੂੰ ਟੋਕੇ ਵਿਉ ਵਰਗੀ ਤਾਂ ਲੱਗੂ ਹੀ ਇਹਨੂੰ ਕਹਿ ਵਿਆਹ ਲਈ ਹਾਂ ਕਰੇ ਬਸ ਹੁਈ ਘੁੱਟ ਦੇ ਸੰਗੀ ਨੀਂਦ ਨਹੀਂ ਪੈਂਦੀ ਉਵੀ ਲਾ ਦੇਉ ਚਾ ਜਮਾਨਾ ਦੇਖ ਅੱਜ ਨਾ ਹੋਇਆ ਉਦੋਂ ਹੋ ਜਦੋਂ ਖੁੱਡ ਨਾ ਰਹੇ ਹੱਦੂ ਹੋ ਗਈ ਆ ਸਾਡੇ ਵੀਰੀ ਕਾਲ ਪੈ ਜੂ ਮੁੰਡਿਆਂ ਦਾ ਪੈ ਨਹੀਂ ਜਾਊ ਪੈ ਗਿਆ ਬਾਹਰ ਤਾਂ ਨਿਕਲ ਕੇ ਦੇਖ ਕੰਮੀ ਕਮੀਣਾ ਦੇ ਮਾਰਦੇ ਆ ਟੀਟਣੀ ਜੱਟਾਂ ਦੇ ਮੁੰਡੇ ਰਹਿ ਗਏ ਸ਼ਰਾਬਾਂ ਬੁਲਟਾਂ ਤੇ ਹਿਰੜ ਹਿਰੜ ਕਰਦੇ ਕਰੀ ਜਾਣ ਕੁੜੀ ਕਹਿੰਦੀ ਤੁਸੀਂ ਪੜਾਤਾ ਤੁਹਾਡਾ ਕੰਮ ਖਤਮ ਪੂਰੇ ਨੂੰ ਲੱਗਦਾ ਸਭ ਹਵਾਈ ਗੱਲਾਂ ਸਾਂ ਉਨੇ ਡੁੱਬਣਾ ਨਹੀਂ ਸੀ ਮਾਂ ਧੀ ਹੀ ਗੋਤੇ ਦੇ ਰਹੀਆਂ ਸੀ ਇੱਕ ਦਿਨ ਮਸੇਰ ਭਰਾ ਕੰਡੇ ਤੇ ਦਿਸਿਆ ਉਸ ਠਾਰ ਸਤੇ ਤੀ ਪੂਰਾ ਕਿਰਪੀ ਮੂਰੇ ਨੱਚ ਉੱਠਿਆ ਲੈ ਬੜ ਪਿਆ ਰੱਬ ਪੂਰੇ ਤੋਂ ਖੁਸ਼ੀ ਸੰਭੀ ਨਹੀਂ ਸੀ ਜਾ ਰਹੀ ਇਹ ਹਜਾ ਕਿਹੜਾ ਰੱਬ ਉਤਰ ਆਇਆ ਕਿਰਪੀ ਹੈਰਾਨ ਹੋਈ ਰਿਸ਼ਤਾ ਆਉਂਦਾ ਸੰਧੂਆਂ ਕੀ ਪੱਤੀਆਂ ਟਿੱਬੇ ਵਾਲਿਆਂ ਕਿਉਂ ਚੁੰਨੀ ਚੜਾ ਕੇ ਵਿਆਉਣ ਨੂੰ ਮੰਨ ਗਏ ਕਿਰਪੀ ਨੂੰ ਅੱਗ ਲੱਗ ਗਈ ਰੱਜ ਰੁਈ ਉਈ ਦੇ ਦੇ ਧੱਕਾ ਖੂਚ ਅੱਦੂ ਹੋਗੀ ਮਾੜਾ ਜਾ ਕੱਜ ਦਿਸ ਗਿਆ 20 ਕਿੱਲੇ ਨਹੀਂ ਦਿਸੇ ਕਿਰਪੀਏ ਸੋਚ ਡੁੱਬਣੋਂ ਬਚ ਜਾਗੇ ਪੂਰੇ ਤਰਲਾ ਲਿਆ ਦਸਵੀਂ ਫੇਲ ਲਤੋਂ ਲੰਗਾ ਧੀ ਨੂੰ ਡੋਬ ਕੇ ਤਰੇਗਾ ਕੀ ਹੋ ਗਿਆ ਤੇਰੀ ਮਤ ਨੂੰ ਅੰਦਰੋਂ ਪੂਰੇ ਦਾ ਖੁਦ ਮਨ ਭਰਦਾ ਸੀ ਪਰ ਹੋਰ ਕੋਈ ਰਾਹ ਨਹੀਂ ਸੀ ਦਿਸ ਰਿਹਾ ਨੇੜ ਦੇ ਸਾਕਾਂ ਚ ਮੁੰਡਾ ਨਹੀਂ ਸੀ ਦਿਸਦਾ ਦੂੜ ਕਿੱਲਾ ਵਿਕ ਚੁੱਕਾ ਸੀ ਢਾਈਆਂ ਤੇ ਲੂਨ ਸੀ ਸੁੱਚੇ ਵਾਲੇ ਚਾਰ ਠੇਕੇ ਤੇ ਸਨ ਜਦੇ ਨਹੀਂ ਤੱਕਦੇ ਨਹੀਂ ਸੁੱਚੇ ਵੀ ਇੱਕ ਦੋ ਥਾਂ ਰਿਸ਼ਤੇ ਦੀ ਦੱਸ ਪਾਈ ਉਹ ਦਰਮਾਵਾਂ ਧੀਆਂ ਚੱਕਿਆ ਹੀ ਨਾ ਮਾਸਟਰ ਪੀਤਮ ਦੇ ਇੱਕ ਦੋ ਹੋਰ ਪੜ੍ਹੇ ਲਿਖੇ ਪਰਿਵਾਰਾਂ ਨੂੰ ਛੱਡ ਕੇ ਬਹੁਤੇ ਮਾਨਤੀ ਨੂੰ ਮੂਰਖ ਸਮਝਦੇ ਜਦ ਕਿ ਮਾਸਟਰ ਪੀਤਮ ਤਾਂ ਪਾਸ ਦੇ ਪੀ ਐਚ ਡੀ ਕਰ ਜਾਣ ਨੂੰ ਪਿੰਡ ਦੀ ਸ਼ਾਨ ਕਹਿੰਦਾ ਨਾ ਥੱਕਦਾ ਮਾਸਟਰ ਭੂਰੇ ਦੀ ਵੀ ਪਿੱਠ ਥਾਪੜਦਾ ਇਹਦੇ باوجود ਭੂਰਾ ਇੱਕੋ ਗੱਲ ਤੇ ਅੜਦਾ ਮਾਸਟਰ ਜੀ ਜਿੱਦੈ ਨਿੱਕੀ ਸੁੱਕੀ ਜਾਤ ਵੱਲ ਉਲਰ ਗਈ ਉਦਹੀਂ ਉਦਹੀਂ ਮਾਰ ਦਿਓ ਇਸ ਫਿਕਰ ਨੂੰ ਲੈ ਕੇ ਪੂਰਾ ਜਣੇ ਖੜੇ ਮੂਰੇ ਝੂਰਨ ਲੱਗਦਾ ਕਿਸੇ ਰੱਖੀ ਬੁੜੀ ਦੀ ਦੱਸ ਪਾਈ ਪੂਰੇ ਦੇ ਦਿਲ ਨੂੰ ਲੱਗੀ ਸੱਚਮੁੱਚ ਉਹ ਕੰਨੀ ਦੇ ਨਿਆਰੇ ਤੇ ਪਾਣੀ ਛਾੜ ਸਕਦੀ ਸੀ ਪੂਰੇ ਪੈਰ ਜਾਫੜੇ ਰੱਖੀ ਮਾਂਤੀ ਬਾਰੇ ਵਿਥਿਆ ਸੁਣੀ ਛੋਟੀ ਪੂਰੇ ਦੀ ਵੱਖੀ ਚ ਚੋਬਦੇ ਕਿਹਾ ਜਾ ਵਿਆਹ ਦੀ ਤਿਆਰੀ ਕਰ ਮੈਂ ਤਾਂ ਰੱਬ ਦੇ ਕੁਤਕੁਤੀਆਂ ਕੱਢ ਦਿਆਂ ਤੇਰਾ ਟੱਬਰ ਕਿਆ ਚੀਜ਼ ਐ ਤੀਜੇ ਦਿਨ ਦਰੀਆਂ ਖੜੀ ਲਾਂਗਾ ਤਾਈ ਕਿਰਪੀ ਆਦਰ ਦਿੱਤਾ ਨਜ਼ਰ ਡੁੱਬ ਗਈ ਕੁੜੀ ਕਦੇ ਦੀਂਦਾ ਨਹੀਂ ਕਦੇ ਇੱਕ ਇੱਕ ਦੇ ਦੋ ਦੋ ਦਿਸੀ ਜਾਣਗੇ ਅੱਜ ਕਿਵੇਂ ਰਾਹ ਭੁੱਲ ਗਈ ਨੀ ਰਾਹ ਭੁੱਲਦੀ ਐ ਮੇਰੀ ਜੁੱਤੀ ਮੈਂ ਤਾਂ ਸੁਣਿਆ ਤੂੰ ਤੂੰ ਵੀ ਉੱਡ ਗਈ ਮੁੰਡੇ ਨਾਲ ਅਮਰੀਕਾ ਕਲਕੱਤੇ ਕੰਨੀ ਕਿੱਥੇ ਤਾਈ ਜਾਂਦੀ ਤੈਨੂੰ ਲੈ ਕੇ ਨਾ ਜਾਂਦੀ ਨੀ ਮੈਂ ਤਾਂ ਮਕਾਨ ਨਹੀਂ ਜਾਂਦੀ ਅਮਰੀਕਾ ਕੈਨੇਡਾ ਦੀ ਕਿਉਂ ਕਿਉਂ ਨੂੰ ਤੂੰ ਨਹੀਂ ਜਾਣਦੀ ਕਹਿੰਦੇ ਮੇਮਾ ਕਾਗਤਾਂ ਨਾਲ ਹੀ ਪੁੰਜੀ ਜਾਂਦੀਆਂ ਪਿਛਵਾੜੇ ਲੱਖ ਪੁੰਜਣ ਤਾਈ ਅਗਲਿਆਂ ਦਾ ਮੁਲਕ ਹੈ ਨਹੀਂ ਤੇਰਾ ਸ਼ੇਰੂ ਨਹੀਂ ਖਾਂਦਾ ਕਿ ਮੇਮਾ ਨਾਲ ਕਾਨੂੰਨ ਤਾਈ ਛੇ ਗਈ ਸੀ ਮੁੰਡੇ 4 ਸਾਲ ਹੋ ਗਏ ਪਤਾ ਨਹੀਂ ਹੈਣ ਕਿੱਥੇ ਮੈਂ ਤਾਂ ਅੱਧੀ ਮਰ ਗਈ ਨੇਜਾ ਆਖੇ ਖੰਣਾ ਕਰ ਜਿਐ ਹੁੰਦਾ ਕੁੜੀ ਦੀ ਨਾ ਸੋਚਦੀ ਮੈਂ ਤਾਂ ਸੁਣਿਆ ਤੁਸੀਂ ਮੰਨਤੀ ਨੱਕ ਚ ਠੂਏ ਸਿੱਟਣੋਂ ਨਹੀਂ ਹਟਦੀਆਂ ਚੱਲ ਤੂੰ ਰਹਿ ਗਈ ਸੀ ਤਾਈ ਤੂੰ ਵੀ ਕਰ ਲੈ ਆਪਣੀ ਨੀ ਮੈਂ ਨਹੀਂ ਆਈ ਲక్ష్ਮੀ ਆ ਗਈ ਚੱਲ ਕੇ ਜੇ ਕਹੇ ਤਾ ਲੁਆਵਾਂ ਰੱਬ ਦੀ ਧੁਨੀ ਨੂੰ ਜੀਬ ਮੈਂ ਸਮਝੀ ਨਹੀਂ ਤਾਈ ਨੀ ਬੁੱਢ ਬਲੇਟ ਹੋ ਗਈ ਕੰਨ ਚ ਪਾਉਣੀ ਐ ਗਰਾਹੀ ਰੱਖੀ ਕਿਉਂ ਆਉ ਤੇਰੇ ਘਰੇ ਅੱਛਾ ਰਿਸ਼ਤੇ ਵਾਰੇ ਨਹੀਂ ਤਾਈ ਕੁੜੀ ਲੱਤ ਨਹੀਂ ਲਾਉਂਦੀ ਨੀ ਉਹ ਚਰਜ ਜੰਪੀ ਮਰੀ ਤੋਂ ਖੱਪਣ ਮਾਪਿਓ ਦਾ ਹੀ ਪਉ ਤੂੰ ਮੇਰੇ ਲੁਆ ਮੱਥੇ ਮੈਂ ਹੀ ਕੀ ਲੇ ਫਨੀਰ ਇਹ ਕਿੱਧਰ ਦੀ ਆ ਗਈ ਇੰਦਰਾ ਗਾਂਧੀ ਬੈਠੀਆਂ ਹੀ ਸੀ ਕਿ ਪਾਸ ਆ ਗਈ ਉਸ ਰੱਖੀ ਨੂੰ ਸਤਕਾਰ ਦਿੱਤਾ ਉਹਦੇ ਪੈਰਾਂ ਲਾ ਕੇ ਬੈਠੇ ਰੱਖੀ ਪਾਸ ਦੀ ਸ਼ਕਲ ਸ਼ਕਲ ਸੂਰਤ ਰੰਗ ਢੰਗ ਕਦ ਕਾਠ ਦੇ ਇੱਕ 당 ਰਹਿ ਗਈ ਮੈਂ ਵੀ ਕਹਾ ਕੁੜੀ ਚ ਹੋਊ ਤਾਂ ਤਾਂ ਹੀ ਕੋਈ ਨੱਕ ਹੀਟ ਨਹੀਂ ਆਉਂਦਾ ਨਹੀਂ ਮਾਂ ਜੀ ਮੈਂ ਹੀ ਨਹੀਂ ਕਿਸੇ ਦੇ ਪਸੰਦ ਕਿਉਂ ਦੇਖਣ ਨੂੰ ਤਾਂ ਠੀਕ ਠਾਕ ਹੈ ਸ਼ਕਲ ਦੀ ਗੱਲ ਨਹੀਂ ਮਾਂ ਜੀ ਕਿੰਨਾ ਸੋਨਾ ਪਊ ਕਿੰਨਾ ਦਾਜ ਮਿਲੂ ਕਿਹੜੀ ਕਾਰ ਕਿਹੜਾ ਪੈਲੈਸ ਉੱਥੇ ਫਸਦਾ ਹੈ ਕੁੱਤਾ ਧੰਨਵਾਦ ਚੱਲਦਾ